ਸਤਿ ਸ਼੍ਰੀ ਅਕਾਲ ਫਰੈਂਡ, ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਸਾਡੀ ਜੈਕਟ ਦੇ ਅੰਦਰ ਕੀ ਲੱਗਦਾ ਹੈ। ਦੇਖੋ, ਇਹ ਐਂਟੀ ਫੀਲਿੰਗ ਹੈ ਜੋ ਪ੍ਰੋਪਰਲੀ ਕਰ ਰਿਹਾ ਮੈਂ। 260 GSM ਵਧੀਆ ਕੁਆਲਿਟੀ ਲਾਈ ਹੋਈ ਆਪਾਂ। ਨਵਾਂ ਡਿਜ਼ਾਇਨ ਬਣਾਇਆ, ਸ਼ਾਇਦ ਤੁਹਾਨੂੰ ਪਸੰਦ ਆਵੇ। ਇਹ BSF ਦੀ ਜੈਕਟ ਹੈ, ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਬਿਲਕੁਲ ਸਿੰਪਲ ਸੋਬਰ ਪੀਸ ਆ। ਜ਼ਿਆਦਾ ਚਟਕ ਮਟਕ ਨਹੀਂ ਇਹ 'ਚ ਦਿੱਤੀ। ਦੇਖੋ, ਵਧੀਆ ਹੈਵੀ ਕੁਆਲਿਟੀ ਦਾ ਟਾਪਟਾ, ਇਹ ਵੀ ਨਹੀਂ ਹਲਕਾ ਲੱਗਾ ਹੈ। ਜੋ ਲੋਕ ਅਸਤਰ 'ਚ ਯੂਜ਼ ਕਰਦੇ ਸੀ ਟਾਪਟਾ, ਉਹ ਲਾਈਦਾ। ਅੰਦਰ ਐਂਟੀ ਫੀਲਿੰਗ ਪਲੱਸ ਇੰਡੀਅਨ ਆਰਮੀ ਦੀ ਕਢਾਈ ਹੈ। ਇਹ ਆਰਮੀ ਲਈ ਸਪੈਸ਼ਲ ਬਣਾਇਆ ਹੋਇਆ। ਜਿੱਦਾਂ ਕਿ ਕੋਈ ਕਹਿ ਦਿੰਦਾ ਸਾਨੂੰ BSF ਦਾ ਚਾਹੀਦਾ, ਅਤੇ ਪਲੱਸ ਕੋਈ ਕਹਿ ਦਿੰਦਾ ਸਾਨੂੰ ਆਰਮੀ ਇੰਡੀਅਨ ਆਰਮੀ ਦੀ ਕਢਾਈ ਚਾਹੀਦੀ ਹੈ, ਅਤੇ ਦੋਨਾਂ ਦੇ ਕੰਮ ਆਉਣ ਵਾਲੀ ਜੈਕਟ ਹੈ। ਜੈਕਟ ਦੀ ਕੁਆਲਿਟੀ ਪੂਰੀ A1 ਹੈ, ਪੀਸ 3 ਲੇਅਰ 'ਚ ਬਣਿਆ। ਇਹਦੇ ਅੰਦਰ ਇੱਕ ਲੇਅਰ ਹੋਰ ਹੈ, ਬਾਹਰ ਫੁੱਲੀ ਵਾਟਰਪਰੂਫ ਆ, ਅੰਦਰ ਐਂਟੀ ਫੀਲਿੰਗ ਆ, ਇਹਦੇ ਅੰਦਰ ਇੱਕ ਲੇਅਰ ਆ, ਜਿਹਦੇ ਕਰਕੇ ਪੀਸ ਬਹੁਤ ਜ਼ਿਆਦਾ ਗਰਮ ਹੈ। ਇਹ ਨਹੀਂ ਆ ਕਿ ਬਈ ਹਲਕਾ ਆ। ਬਾਕੀ ਤੁਸੀਂ ਬਾਏ ਕਰੋ। ਬਾਜੂ 'ਤੇ ਲੂਪ ਆ, ਲੂਪ ਦੀ ਲੁੱਕ ਦੇਖੋ, ਪੂਰਾ ਪਰਫੈਕਟ ਬਣਾਇਆ ਆ, ਪੂਰਾ ਟਾਂਕਾ ਪਰਫੈਕਟ ਰੱਖਿਆ ਆ। ਸ਼ੋਲਡਰ ਦਾ ਟਾਂਕਾ ਦੇਖੋ, ਬਿਲਕੁਲ ਪਰਫੈਕਟ ਚੱਲਿਆ ਹੋਇਆ। ਜਿਪ ਦੇ ਉੱਤੇ ਬੋਨ, ਇਸ ਲਈ ਕਿ ਪਾਣੀ ਨਾ ਇਹ ਪਵੇ, ਵਾਟਰਪਰੂਫ ਹੋ ਜਾਵੇ। ਬਾਕੀ ਕਮੈਂਟ ਕਰੋ ਜਿਹਨੂੰ ਇਹ ਜੈਕਟ ਚਾਹੀਦੀ ਆ, ਰਿਕੁਐਸਟ ਤੁਹਾਨੂੰ ਪਸੰਦ ਆਊਗੀ।